सब्सक्राइब करो चढ़दिखला टाइम टीवी नू ते लेटेस्ट अपडेट पाउन ले प्रेस करो बेल आइकन। सत श्री अकाल दोस्तों, मैं दर्शन सिंह दर्शक चर्चा प्रोग्राम लैके हाजिर हाँ। एक स्टेट एक शरीर की तरह हुंदा है, कहते हैं कि जिहड़े विधायक हुंदे ने उस शरीर का चेहरा हुंदे ने ते अफसरशाही उस दे जरूरी अंग हुंदे ने। जे चेहरा ज़्यादा वधीकिया करता है तो अंग प्रभावित हुंदे ने, जे अंग वधीकिया करते हैं तो चेहरा प्रभावित हुंदा है। अजिहा ही होया कि बटाले दे विच डिप्टी कमिश्नर दे नाल जिहड़ा विधायक सिमरत बैंस है उन्हां दा टकराव होया। ये टकराव हुण काफ़ी सुर्खियां बनता जा रहा है। जिहड़े मुख्यमंत्री कैप्टन अमरिंदर सिंह ने उन्होंने कहा कि जिहड़ी सिमरत सिंह बैंस के खिलाफ FIR दर्ज हुई है वह मेरे वल्लों करवाई गई है। उन्हां दा कहना है कि जेकर साढ़े मतलब अफसर ही विधायकों का इस तरीके वधीकियां का शिकार होंगे तो यह पूरा सिस्टम किवें चलूगा। हुण सियासत भी इस मामले दे विच होण लग पई है। कुछ जिहड़े हैगे जिहड़े सिमर सिंह बैंस के हक विच जिहड़े हैगे आ जिवें खहरा साहब बोल रहे ने, कई होर विधायक भी बोल रहे ने, तो दूजे पासे जिहड़ी सत्ताधारी पार्टी भारतीय जनता पार्टी सिमर सिंह बैंस के खिलाफ गल कर रहे हैं। इसका कारण यह भी है, सिमर सिंह बैंस हमेशा ही विवादा विच रहे ने ते उन्हां दी जिहड़ी हैगी है छवि एक अग्रैसिव होण दी रही है ते अज एक बहुत तगड़ा टकराव पैदा हो चुका है। इस संबंध में असी विस्तारपूर्वक गल करांगे। गल करन वास्ते साडे विच हन इस प्रोग्राम दे जिहड़े प्रमुख एंकर ने प्रोफेसर हरजिंदर सिंह वालिया, तो स्वागत है जी वालिया साहब थोनों थोड़ा थोड़े ही प्रोग्राम दे विच। शुक्रिया जी, अज भूमिका बदली है। हाँ जी, तो तुसी जिहड़ी गल कह रहे सी ना शुरू च कि कैप्टन अमरिंदर सिंह ने कहा कि मैं ये FIR लॉज कराउण दे हुकम दित्ते ने, ਇਹ ਤਾਂ ਵੀ ਕਾਫੀ ਚਰਚਾ ਪਹਿਲਾਂ ਬਹਿਸ ਕਰ ਚੁੱਕਿਆ। ਸਿਮਰਜੀਤ ਸਿੰਘ ਬੈਂਸ ਨੇ ਨਾ ਇਹ ਕਿਹਾ ਕਿ ਇਹ ਕੈਪਟਨ ਨੇ ਕਰਵਾਈ ਹੈ, ਲੋਕਾਂ ਨੇ ਨਹੀਂ ਕਰਵਾਈ, ਪਰ ਇਹਦਾ ਇਹ ਨਹੀਂ, ਇਸ ਤੋਂ ਇਲਾਵਾ ਵੀ ਕਈ ਪੱਖ ਨੇ। ਉਹਨਾਂ 'ਚੋਂ ਵੱਡਾ ਪੱਖ ਇਹ ਹੈ ਕਿ ਪਟਵਾਰ ਯੂਨੀਅਨ ਨੇ ਸਟ੍ਰਾਈਕ ਦਾ ਦੀ ਧਮਕੀ ਦਿੱਤੀ, DC ਆਫਿਸ ਦੇ ਕਰਮਚਾਰੀ ਜਿਹੜੇ ਨੇ ਉਹ ਉਹਨਾਂ ਨੇ ਵਿਰੋਧ ਕੀਤਾ। ਔਰ ਮੈਂ ਉਸ ਦਿਨ ਵੀ ਕਿਹਾ ਸੀ, ਅੱਜ ਸਵੇਰ ਦੇ ਪ੍ਰੋਗਰਾਮ 'ਚ ਵੀ ਕਿਹਾ ਸੀ ਕਿ ਇਹ ਕੋਈ ਜ਼ਿਆਦਾ ਵਧੀਆ ਟਰੈਂਡ ਨਹੀਂ ਜੀ। ਹਰ ਬੰਦੇ ਨੂੰ, ਚਾਹੇ ਵਿਧਾਨਕਾਰ ਹੈ, ਚਾਹੇ ਅਫਸਰ ਹੈ, ਚਾਹੇ ਕੋਈ ਵੀ ਹੈ, ਉਸਨੂੰ ਇੱਕ ਮਰਿਆਦਾ, ਇੱਕ ਸਲੀਕਾ ਸਮਝਣ ਦੀ ਵੀ ਲੋੜ ਹੈ ਅਤੇ ਉਹ ਸਲੀਕੇ 'ਚ ਰਹਿ ਕੇ ਜਿਉਣ ਦੀ ਅਤੇ ਕੰਮ ਕਰਨ ਦੀ ਵੀ ਲੋੜ ਹੈ। ਇੱਥੇ ਮੈਂ ਦੇਖ ਰਿਹਾ ਲਗਾਤਾਰ ਜੀ, ਇਹ ਗੱਲ 'ਚ ਕੋਈ ਦੋਰਾਵਾ ਨਹੀਂ ਕਿ ਸਿਮਰਜੀਤ ਸਿੰਘ ਬੈਂਸ ਅਤੇ ਬਲਵਿੰਦਰ ਸਿੰਘ ਬੈਂਸ ਜੀ ਦੋਨੇ ਭਰਾ ਜਿਹੜੇ ਨੇ ਉਹ ਚੰਗੀ ਰਾਜਨੀਤੀ ਕਰ ਰਹੇ ਨੇ, ਲੋਕਾਂ ਦੀ ਰਾਜਨੀਤੀ ਕਰ ਰਹੇ ਨੇ ਆਪਣੇ। ਜਿਵੇਂ ਸਿਮਰਜੀਤ ਸਿੰਘ ਬਾਤ ਆਤਮ ਨਗਰ ਦੇ ਵਿੱਚ ਇਹਨੂੰ ਹਰਾਉਣਾ ਮੁਸ਼ਕਲ ਹੈ ਕਿਉਂਕਿ ਇਹ ਲੋਕਾਂ ਦੇ ਕੰਮ ਕਰ ਰਿਹਾ, ਪਰ ਇਹ ਦਾਅਵਾ ਕਰਨਾ ਕਿ ਮੈਂ ਲੋਕਾਂ ਲਈ ਲੜਨਾ, ਮੈਂ ਲੋਕਾਂ ਲਈ ਕਿਸੇ ਵੀ ਹੱਦ ਤੱਕ ਜਾ ਸਕਦਾ, ਬਿਲਕੁਲ ਚੰਗੀ ਗੱਲ ਹੈ, ਪਰ ਸਿਰਫ ਇਸ ਕਰਕੇ ਜਾਣਾ ਕਿ ਮੈਂ ਦਿਖਾਉਣਾ ਲੋਕਾਂ ਨੂੰ ਕਿ ਮੈਂ ਬਹੁਤ ਤਗੜਾ, ਇਹ ਗਲਤ ਗੱਲ ਹੈ। ਹੁਣ ਕੱਲ੍ਹ ਜੋ ਘਟਨਾ ਜਿਹੜੀ ਪਿਛਲੀ ਘਟਨਾ ਵਾਪਰੀ ਹੈ, ਦਰਸ਼ਕ ਜੀ ਤੁਸੀਂ ਉਧਰ ਥੋੜ੍ਹੀ ਜਿਹੀ ਨਿਗਾਹ ਮਾਰੋ। ਹਾਂਜੀ, ਹੋਇਆ ਇਹ ਕਿ ਇਹ ਬਟਾਲਾ ਧਮਾਕੇ ਦੇ ਜ਼ਖਮੀਆਂ ਦਾ ਹਾਲ ਚਾਲ ਪੁੱਛਣ ਗਏ, ਉੱਥੇ 23 ਦੇ ਵਿੱਚੋਂ 21 ਡੈੱਡ ਬੋਡੀਜ਼ ਮਿਲ ਚੁੱਕੀਆਂ ਸੀ। ਹਾਂਜੀ, ਦੋ ਡੈੱਡ ਬੋਡੀਜ਼ ਪਈਆਂ ਸੀ, ਉਹਨਾਂ 'ਚੋਂ ਇੱਕ ਡੈੱਡ ਬੋਡੀ ਦੀ ਆਈਡੈਂਟੀਫਿਕੇਸ਼ਨ ਮੁਸ਼ਕਲ ਸੀ। ਉਹ ਜਿਹੜੀ ਡੈੱਡ ਬੋਡੀ ਸੀ, ਉਸ ਮ੍ਰਿਤਕ ਸਰੀਰ ਦਾ ਬ੍ਰਦਰ ਇਹ ਕਹਿ ਰਿਹਾ ਸੀ ਮੇਰੇ ਭਰਾ ਦੀ ਨਹੀਂ, ਕਿਉਂਕਿ ਉਹ 'ਤੇ ਟੈਟੋ ਬਣਿਆ ਹੋਇਆ ਸੀ ਸ਼ੇਰ ਦਾ, ਉਹ ਇਹ 'ਤੇ ਨਹੀਂ। ਅਤੇ ਇਸ ਨੂੰ ਲੈ ਕੇ ਉਸਨੇ ਬੈਂਸ ਸਾਹਿਬ ਨੂੰ ਕਿਹਾ ਕਿ ਤੁਸੀਂ ਮੇਰੇ ਨਾਲ ਚੱਲੋ। ਬੈਂਸ ਸਾਹਿਬ ਚਲੇ ਗਏ। ਇਹ ਕੋਈ ਜ਼ਿਆਦਾ ਵੱਡੀ ਗੱਲ ਨਹੀਂ ਸੀ, ਤਰਕ ਅਤੇ ਦਲੀਲ ਨਾਲ ਗੱਲ ਹੋ ਸਕਦੀ ਸੀ। ਹਾਂਜੀ, ਮੈਨੂੰ ਲੱਗਦਾ ਕਿ ਉੱਥੇ ਇੱਕ ਜਿਹੜੀ ਗੱਲ ਦੀ ਜ਼ਰੂਰਤ ਨਹੀਂ ਸੀ ਉਸ ਪੱਧਰ 'ਤੇ ਸਿਮਰਜੀਤ ਸਿੰਘ ਬੈਂਸ ਨੇ ਡਿਪਟੀ ਕਮਿਸ਼ਨਰ ਨਾਲ ਜਿਹੜਾ ਬਿਹੇਵ ਕੀਤਾ,
ਮਿਸਬਿਹੇਵ ਕੀਤਾ ਮੈਂ ਤਾਂ ਕਹਾਂਗਾ ਕਿ ਇਹ ਦਫ਼ਤਰ ਤੇਰੇ ਬਾਪ ਦਾ ਨਹੀਂ ਜਾਂ ਇੱਥੋਂ ਤੱਕ ਥ੍ਰੈਟ ਕਰਨਾ ਕਿ ਸਾਨੂੰ ਹੋਰ ਤਰੀਕੇ ਵੀ ਆਉਂਦੇ ਨੇ, ਇਹ ਮੇਰਾ ਖਿਆਲ ਹੈ ਕੋਈ ਚੰਗੀ ਗੱਲ ਉੱਥੇ ਨਹੀਂ ਹੋਈ ਬੈਂਸ ਸਾਹਿਬ ਦੇ ਨਜ਼ਰੀਏ ਤੋਂ। ਜਿਵੇਂ ਮੈਂ ਕਿਹਾ ਕਿ ਇੱਕ ਮਰਿਆਦਾ ਇੱਕ ਸਲੀਕਾ ਹੁੰਦਾ, ਹੁਣ ਇਹਦੇ ਨਾਲ ਸਾਰਾ ਦਾ ਕਰਮਚਾਰੀ ਬੈਠੇ ਨੇ ਆਫਿਸ 'ਤੇ, ਜੇ ਤੁਸੀਂ ਡਿਪਟੀ ਕਮਿਸ਼ਨਰ ਨੂੰ ਐਂ ਪੈ ਜਾਓਗੇ ਤਾਂ ਫਿਰ ਕੰਮ ਕਿਵੇਂ ਚੱਲੂਗਾ? ਕੋਈ ਫਿਰ ਪੁਲਿਸ ਵਾਲੇ ਨੂੰ ਪਾਊ? ਇਹ ਪਹਿਲਾਂ ਵੀ ਦੇਖਿਆ ਬਹੁਤ ਸਾਰੇ ਬੰਦੇ ਇਹ ਪੈਂਦੇ ਨੇ, ਫਿਰ ਕਈ ਵਾਰੀ ਜਦੋਂ ਮੌਕਾ ਮਿਲਦਾ ਨਾ, ਪਿਛਲੀ ਕੈਪਟਨ ਸਾਹਿਬ ਦੀ ਸਰਕਾਰ ਵੇਲੇ ਇੱਕ ਅਫਸਰ ਨਾਲ ਇਸ ਤਰ੍ਹਾਂ ਹੀ ਤਾਂ ਹੋਇਆ ਸੀ, ਫਿਰ ਪੁਲਿਸ ਵਾਲੇ ਵੀ ਅਤੇ ਅਫਸਰ ਸਾਹਿਬ ਵੀ ਦੇਖਦੀ ਹੈ ਇਹ ਜਦੋਂ ਪਾਵਰ ਸਾਨੂੰ ਇਸਨੇ ਕਿਸ ਤਰੀਕੇ ਨਾਲ ਸਾਡੇ ਨਾਲ ਬਿਹੇਵ ਕੀਤਾ ਸੀ। ਵੈਸੇ ਵੀ ਬਾਦਲ ਸਾਹਿਬ ਦੇ ਹਵਾਲੇ ਨਾਲ ਕਈ ਵਾਰੀ ਮੈਂ ਕਿਹਾ ਵੀ ਅਤੇ ਲਿਖਿਆ ਵੀ ਹੈ ਕਿ ਜਿਹੜੀ ਪਾਵਰ ਹੈ ਨਾ ਜੀ ਜੀ, ਇਸ ਨੂੰ ਹਜ਼ਮ ਕਰਨਾ ਬਹੁਤ ਔਖਾ, ਇਹਨੂੰ ਕੋਈ ਮਰਦ ਦਾ ਬੱਚਾ ਇਹ ਪਾਵਰ ਨੂੰ ਹਜ਼ਮ ਕਰ ਸਕਦਾ? ਇਹ ਵੀ ਆਪਣੇ ਆਪ 'ਚ ਇੱਕ ਵੱਡੀ ਗੱਲ ਹੁੰਦੀ ਹੈ ਕਿ ਤੁਸੀਂ ਪਾਵਰ ਲੈ ਕੇ ਵੀ ਕਿਸ ਤਰ੍ਹਾਂ ਜਿਹੜਾ ਹੈ ਬਿਲਕੁਲ ਨੰਬਰ ਲੈ ਕੇ ਗੱਲ ਕਰਨੀ ਹੈ, ਤਰਕ ਨਾਲ ਗੱਲ ਕਰਨੀ ਹੈ। ਹੁਣ ਇਹਦਾ ਨਤੀਜਾ ਕੀ ਨਿਕਲਿਆ? ਇਹਦਾ ਨਤੀਜਾ ਇਹ ਨਿਕਲਿਆ ਕਿ ਹੌਲੀ ਹੌਲੀ ਇਹ ਗੱਲ ਵੱਧ ਰਹੀ ਹੈ, ਲੋਕ ਮਿਸਬਿਹੇਵ ਕਰਨ ਲੱਗ ਜਾਣਗੇ। ਤੁਸੀਂ ਦੇਖਿਆ ਉਹ ਕੱਲ੍ਹ ਜਿਹੜਾ ਆਪਣਾ ਜੀਰੇ ਦੇ ਨਾਲ ਮਖੂ ਹੈ, ਮਖੂ ਦੇ ਇੱਕ ਸਤਲੁਜ ਦਾ ਬੰਨ 88 'ਚ ਟੁੱਟਿਆ ਸੀ, ਮੈਂ ਖੁਦ ਜਾ ਕੇ ਆਇਆ ਸੀ ਉੱਥੇ, ਮੈਂ ਦੇਖਿਆ ਸੀ ਉਦੋਂ ਮੇਰੇ ਭਾਈ ਸਾਹਿਬ ਉੱਥੇ ਸੀ ਅਤੇ ਬਹੁਤ ਪਾਣੀ ਸੀ ਅਤੇ ਲੋਕਾਂ ਨੂੰ ਡਰ ਹੈ ਉਹ ਬੰਨ ਨੂੰ, ਲੋਕ ਆਪ ਲੱਗੇ ਹੋਏ ਨੇ, ਵੈਸੇ ਫੌਜ ਵੀ ਗਈ ਹੈ ਉਸ ਨੂੰ ਲੈ ਕੇ। SDM ਜੀਰਾ ਨਰਿੰਦਰ ਸਿੰਘ ਧਾਲੀਵਾਲ ਉੱਥੇ ਗਿਆ ਅਤੇ ਕਿਸਾਨਾਂ ਨਾਲ ਉਹਨਾਂ ਦਾ ਤਕਰਾਰ ਹੋਇਆ, ਹੁਣ ਉਹਨੇ ਇਲਜ਼ਾਮ ਇਹ ਲਾਇਆ ਕਿ ਕਿਸਾਨਾਂ ਨੇ ਉਹਨੂੰ ਸਮੇਤ ਜੀਪ ਸਤਲੁਜ ਸੁੱਟਣ ਦੀ ਕੋਸ਼ਿਸ਼ ਕੀਤੀ, ਹਾਂਜੀ ਹਾਂਜੀ, ਭਾਵੇਂ ਨਹੀਂ ਕੀਤੀ ਜਾਂ ਕੀਤੀ, ਇਲਜ਼ਾਮ SDM ਨੇ ਲਾਇਆ। ਉਹਦੇ ਨਤੀਜੇ ਵਜੋਂ ਜਿਹੜੇ ਸਾਰੇ ਕਰਮਚਾਰੀ ਨੇ ਜਿਵੇਂ ਇੱਧਰ ਉੱਠੇ ਪਟਵਾਰੀ, ਉੱਧਰ ਵੀ ਉੱਠ ਖੜੇ, ਉਹਦਾ ਹੁਣ ਕਹਿੰਦੇ ਨੇ ਅਸੀਂ ਪੰਜਾਬ ਲੈਵਲ 'ਤੇ ਕਰਾਂਗੇ ਅਤੇ ਜੇ ਇਹੀ ਹੋਊਗਾ, ਉੱਧਰੋਂ ਕਿਸਾਨ ਕਹਿੰਦੇ ਜੇ ਸਾਡੇ 'ਤੇ ਤੁਸੀਂ ਜਿਹੜਾ ਕੇਸ ਦਰਜ ਕੀਤਾ ਤਾਂ ਅਸੀਂ ਇਹਦਾ ਵਿਰੋਧ ਕਰਾਂਗੇ। ਤੋ ਇਹ ਜਿਹੜਾ ਤਕਰਾਰ ਜੇ ਇਸ ਤਰ੍ਹਾਂ ਹੋਣ ਲੱਗ ਗਿਆ ਤਾਂ ਕੰਮ ਕਿਵੇਂ ਚੱਲੂਗਾ? ਕੈਪਟਨ ਸਾਹਿਬ ਬਿਲਕੁਲ ਠੀਕ ਕਹਿ ਰਹੇ ਨੇ, ਇਹ ਸਿਸਟਮ ਜਿਹੜਾ ਹੈ ਫਿਰ ਖਰਾਬ ਹੋ ਜਾਊਗਾ, ਲਾਅ ਐਂਡ ਆਰਡਰ ਖਰਾਬ ਹੋ ਜਾਊਗਾ। ਦਰਸ਼ਕ ਜੀ, ਭਾਰਤੀ ਜਨਤਾ ਪਾਰਟੀ ਅਤੇ ਬਹੁਤ ਸਾਰੇ ਜਿਹੜੇ ਪੋਲੀਟੀਕਲ ਬੰਦੇ ਨੇ ਉਹ ਸਿਮਰਜੀਤ ਸਿੰਘ ਬੈਂਸ ਦਾ ਕਰ ਰਹੇ ਨੇ ਵਿਰੋਧ। ਮੈਂ ਕਹਿੰਦਾ ਦੋਨੇ ਪਾਸੇ, ਇਕੱਲਾ ਨਹੀਂ ਕਿ ਜਿਵੇਂ ਵਿਧਾਨ ਜਿਹੜੇ ਵਿਧਾਨਕਾਰੀ ਖਿਆਲ ਰੱਖਣਾ, ਅਫਸਰਾਂ ਨੂੰ ਵੀ ਖਿਆਲ ਰੱਖਣਾ ਚਾਹੀਦਾ, ਕਈ ਅਫਸਰ ਵੀ ਟੇਢੇ ਹੁੰਦੇ ਨੇ, ਉਹ ਵੀ ਪੁੱਠਾ ਬੋਲਦੇ ਨੇ। ਤੁਹਾਡੇ ਯਾਦ ਹੋਊਗਾ ਆਪਣੇ ਇਸੇ ਜਿੱਥੇ ਤੁਸੀਂ ਬੈਠੇ ਹੋ, ਇੱਥੇ ਕਰਤਾਰ ਸਿੰਘ ਸੰਧਵਾ ਬੈਠਾ ਸੀ MLA ਕੋਟਕਪੁਰਾ, MLA ਕੋਟਕਪੁਰਾ ਨੂੰ ਇਸ ਕਰਕੇ ਅਸੀਂ ਬੁਲਾਇਆ ਸੀ ਕਿ ਉੱਥੋਂ ਦੇ ADC ਨੇ ਜਦੋਂ ਲੋਕਾਂ ਨੂੰ ਨਾਲ ਲੈ ਕੇ ਮੰਗ ਪੱਤਰ ਗਏ, ਉਹਨੇ MLA ਦੀ ਬੇਇੱਜ਼ਤੀ ਕੀਤੀ, MLA ਦੇ ਉਹਨੂੰ ਬਾਹਰ ਜਾਣ ਲਈ ਕਿਹਾ, ਅਤੇ ਉਦੋਂ ਅਸੀਂ ਕਿਹਾ ਸੀ ਕਿ ਇੱਕ ਵਿਧਾਨਕਾਰ ਨੂੰ ਆਪਣੀ ਸੀਮਾ 'ਚ ਰਹਿਣਾ ਚਾਹੇ, ਇੱਕ ਅਫਸਰ ਨੂੰ, ਅਫਸਰ ਕੋਲ ਵੀ ਇੱਕ ਪ੍ਰੋਟੋਕੋਲ ਹੈ, ਉਸਨੇ ਕਿਵੇਂ ਇੱਜ਼ਤ ਕਰਨੀ ਹੈ, ਚਾਹੇ ਉਹ ਆਪੋਜੀਸ਼ਨ ਦਾ MLA ਹੈ, ਲੋਕਾਂ ਦਾ ਚੁਣਿਆ ਹੁੰਦਾ MLA, ਦੋਨਾਂ ਨੂੰ ਲੋਕਾਂ ਦੇ ਚੁਣੇ ਨੁਮਾਇੰਦੇ ਨੂੰ ਵੀ ਅਤੇ ਸਿਲੈਕਸ਼ਨ UPSC ਵੱਲੋਂ ਆਏ ਚੁਣੇ ਹੋਏ ਨੁਮਾਇੰਦੇ ਨੂੰ, ਦੋਨਾਂ ਨੂੰ ਆਪਣੇ ਆਪਣੇ ਦਾਇਰੇ 'ਚ ਰਹਿ ਕੇ ਆਪਣੇ ਆਪਣੇ ਕੰਮ ਕਰਨ ਦੀ ਲੋੜ ਹੁੰਦੀ ਹੈ। ਇਹ ਜਿਹੜਾ ਟ੍ਰੈਂਡ ਹੈ ਇਹ ਕੋਈ ਜ਼ਿਆਦਾ ਵਧੀਆ ਨਹੀਂ, ਮੈਨੂੰ ਲੱਗਦਾ ਕਿ ਇਹ ਬਹੁਤ ਹੀ ਮੰਦਭਾਗੀ ਘਟਨਾ ਵਾਪਰੀ। ਹਾਂ ਬਾਲੀ ਸਾਹਿਬ, ਤੁਸੀਂ ਜਿਹੜੇ ਅਫਸਰਸ਼ਾਹੀ ਹੈ ਉਹਨਾਂ ਨੂੰ ਵੀ ਜਿਹੜੇ ਹੈਗੇ ਜਿਹੜੇ ਨੁਮਾਇੰਦੇ ਹੈ ਉਹਨਾਂ ਦਾ ਖਿਆਲ ਰੱਖਣਾ ਚਾਹੀਦਾ, ਜਿਵੇਂ ਕਿ ਤੁਸੀਂ ਕਿਹਾ। ਪਿਛਲੇ ਸਮੇਂ ਦਾ ਜਿਹੜਾ ਹਰਦਿਆਲ ਸਿੰਘ ਕੰਬੋਜ ਨੇ ਵੀ ਇਸ ਤਰ੍ਹਾਂ ਦਾ ਇਲਜ਼ਾਮ ਲਗਾਇਆ ਸੀਗਾ ਕਿ ਅਫਸਰਸ਼ਾਹੀ ਜਿਹੜੀ ਹੈਗੀ ਹੈ ਵਿਧਾਇਕਾਂ ਦੀ ਗੱਲ ਨਹੀਂ ਸੁਣਦੀ ਹੈਗੀ, ਅਤੇ ਇਹ ਮੋਦੀ ਸਾਹਿਬ ਨੇ ਵੀ ਇੱਕ ਪ੍ਰਧਾਨ ਮੰਤਰੀ ਮੋਦੀ ਨੇ ਇੱਕ ਵਾਰੀ IAS ਅਫਸਰਾਂ ਦੀ ਜਿਹੜੀ ਗੈਦਰਿੰਗ ਸੀਗੀ ਉਹਦੇ ਵਿੱਚ ਇਹ ਗੱਲ ਕਹੀ ਸੀਗੀ ਕਿ ਸਿਆਸਤਦਾਨਾਂ ਦਾ ਦਖਲ ਅੰਦਾਜ਼ੀ ਹੋਣੀ ਚਾਹੀਦੀ ਹੈ, ਪਰ ਇਹ ਕਿੰਨੀ ਕੁ ਹੋਣੀ ਚਾਹੀਦੀ ਹੈ, ਇਹ ਜ਼ਾਬਤੇ ਦੇ ਵਿੱਚ ਰਹਿ ਕੇ ਹੀ ਸਾਰੇ ਦੋਨੇ ਪਾਸਿਆਂ ਨੂੰ ਜ਼ਾਬਤੇ ਦੇ ਵਿੱਚ ਰਹਿਣਾ ਚਾਹੀਦਾ ਹੈ। ਇਹ ਬਾਲੀ ਸਾਹਿਬ ਇੱਕ ਫੋਨ ਕਾਲ ਹੈ, ਉਹ ਆਪਾਂ ਸੁਣ ਲਈਏ ਕੀ ਕਹਿ ਰਹੇ ਨੇ ਆਪਣੇ ਜੀ। ਹੈਲੋ ਹੈਲੋ ਬਾਲੀ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ ਜੀ? ਫਰੀਦਕੋਟ ਤੋਂ ਬੋਲ ਰਿਹਾ ਜੀ। ਕੀ ਨਾਂ ਹੈ ਜੀ ਤੁਹਾਡਾ? ਹਰਜਿੰਦਰ ਸਿੰਘ ਜੀ। ਹਾਂਜੀ ਦੱਸੋ ਜੀ। ਬੇਨਤੀ ਇਹ ਵੀ ਚਲੋ ਜੋ ਬੈਂਸ ਸਾਹਿਬ ਨੇ ਕੀਤਾ ਉਹ ਵੀ ਜ਼ਿਆਦਾ ਠੀਕ ਨਹੀਂ ਗਾ। ਹਾਂਜੀ, ਪਰ ਜੋ ਦਬਾਅ ਹੁਣ ਲਗਾਤਾਰ ਪੋਲੀਟੀਕਲ ਲਾਈਨ ਦੇ ਉੱਤੇ ਅਫਸਰਸ਼ਾਹੀ ਬਣਾ ਰਹੀ ਉਹ ਵੀ ਚੰਗਾ ਨਹੀਂ ਗਾ। ਜੀ ਜੀ, ਅਫਸਰਸ਼ਾਹੀ ਜੇ ਇੰਨੀ ਹੈਵੀ ਹੋ ਗਈ ਤਾਂ ਪੋਲੀਟੀਕਲ ਬੰਦਿਆਂ ਤੋਂ ਥੋੜਾ ਬਹੁਤਾ ਡਰ ਹੁੰਦਾ ਪਬਲਿਕ ਦਾ, ਚੱਲ ਸਾਨੂੰ ਵੋਟਾਂ ਨਹੀਂ ਪੈਣੀਆਂ। ਜੀ, ਅਫਸਰ ਨੇ ਕੀ ਲੈਣਾ ਕਿ ਜੇ ਅਫਸਰ ਤਾਂ ਫਿਰ ਆਪਦੀ ਮਰਜ਼ੀ ਕਰੂਗਾ ਹੱਥ।
ਠੀਕ ਹੈ ਜੀ, ਬਿਲਕੁਲ ਇਹੀ ਤਾਂ ਗੱਲ ਅਸੀਂ ਕਹਿੰਦੇ ਹਾਂ ਕਿ ਦੋਨਾਂ ਨੂੰ ਆਪਣੇ ਦਾਇਰੇ 'ਚ ਰਹਿਣਾ ਚਾਹੀਦਾ। ਜੇ ਅਫਸਰ ਜਿਹੜਾ ਹੈ ਉਸਨੂੰ ਤੁਸੀਂ ਜਿਵੇਂ ਜਿਹੜੇ ਦਰਸ਼ਕ ਜੀ ਜਿਹੜੀ ਤੁਸੀਂ ਵੀ ਗੱਲ ਕਹੀ ਨਾ ਜੀ ਜੀ ਕਿ ਦਖਲ ਅੰਦਾਜ਼ੀ ਦੀ ਨਹੀਂ ਗੱਲ ਮੋਦੀ ਸਾਹਿਬ ਨੇ ਕੀਤੀ, ਉਹਨੇ ਕਿਹਾ ਨਹੀਂ, ਉਹਨਾਂ ਨੇ ਸਿਆਸੀ ਦਖਲ ਅੰਦਾਜ਼ੀ ਉੰਨੀ ਕੁ ਹੋਣੀ ਚਾਹੀਦੀ ਹੈ ਜਿਹੜੀ ਕਿ ਮਤਲਬ ਉਹਨਾਂ ਕੁ ਜਿੰਨੀ ਕੁ ਤਾਕਤ ਦਿੱਤੀ ਗਈ ਹੈ, ਮਤਲਬ ਪਾਵਰ ਹੁੰਦੀ ਹੈ ਉਹਨੀ। ਗੱਲ ਦਖਲ ਅੰਦਾਜ਼ੀ ਦਾ ਥੋੜ੍ਹਾ ਜਿਹਾ ਸ਼ਬਦਾਂ ਦਾ ਇਹਦੇ 'ਚ ਮੇਰਾ ਖਿਆਲ ਹੈ ਆਪਾਂ ਨੂੰ ਚੋਣ ਕਰਨੀ ਚਾਹੀਦੀ ਹੈ। ਦਖਲ ਅੰਦਾਜ਼ੀ ਦਾ ਮਤਲਬ ਇਹ ਹੈ ਕਿ ਜੇ ਲੋਕਾਂ ਦਾ ਕੰਮ ਹਾਂਜੀ ਤੁਸੀਂ ਸਰਕਾਰੀ ਨੁਮਾਇੰਦੇ ਕੋਲ ਜਾਂਦੇ ਹੋ ਕਰਨ ਲਈ ਕਹਿੰਦੇ ਹੋ ਜੀ ਜੀ, ਉਹਨੂੰ ਕਾਨੂੰਨ ਦੇ ਮੁਤਾਬਕ ਕੰਮ ਕਰਨ ਲਈ ਕਹਿੰਦੇ। ਹਾਂਜੀ ਹਾਂਜੀ, ਜੇ ਦਖਲ ਅੰਦਾਜ਼ੀ ਦਾ ਮਤਲਬ ਕਿ ਕਾਨੂੰਨ ਦੇ ਵਿੱਚ ਦਖਲ ਅੰਦਾਜ਼ੀ, ਹੁਣ ਅੱਜ ਇੱਕ ਲੜਾਈ ਹੋਈ ਹੈ ਜੀ, ਤਾਂ ਤੁਸੀਂ ਉਹ ਪੜ੍ਹੀ ਹੋਊਗੀ ਕਿ ਲਾਡੋ ਸ਼ੇਰਾ ਵਾਲੀਆ ਜਿਹੜਾ MLA ਹੈ ਜੀ ਜੀ, ਉਹਦਾ ਜਿਹੜਾ PA ਹੈ ਉਹਨੇ ਇੱਕ ਸੋਨੂ ਕੰਗ ਨਾਂ ਦੇ ਮੁੰਡੇ ਨੂੰ ਇਸ ਕਰਕੇ ਕੁੱਟਿਆ ਕਿ ਉੱਥੇ ਉਹ ਵੀਡੀਓ ਬਣਾ ਰਿਹਾ ਸੀ ਜਦੋਂ ਕਿ ਰਾਹਤ ਸਮੱਗਰੀ ਵੰਡੀ ਜਾ ਰਹੀ ਸੀ, ਉਦੋਂ ਉਹਦਾ PA ਇਹ ਕਹਿ ਰਿਹਾ ਸੀ ਕਿ ਤੁਸੀਂ ਪਹਿਲਾਂ ਕਾਂਗਰਸੀਆਂ ਨੂੰ ਦਿਓ। ਹੁਣ ਜਦੋਂ ਇਹ ਦਖਲਅੰਦਾਜ਼ੀ ਹੈ ਹਾਂਜੀ, ਅਤੇ ਫਿਰ ਤੁਸੀਂ ਕਹੋਗੇ ਜੇ ਪੋਲੀਟੀਕਲ ਦਖਲਅੰਦਾਜ਼ੀ, ਨਹੀਂ, ਇਹ ਤਾਂ ਸਮਾਂ ਧੱਕਾ ਹੋ ਰਿਹਾ, ਲੋਕਾਂ ਨੂੰ ਨਿਰਪੱਖ ਹੋ ਕੇ ਕੰਮ ਕਰਨਾ ਚਾਹੀਦਾ ਜਿਹੜੇ ਬਣ ਰਹੇ ਨੇ। ਜੇ ਤੁਸੀਂ ਉਹਨੂੰ ਕਹਿੰਦੇ ਹੋ ਕਿ ਕਿਉਂਕਿ ਸਿਆਸੀ ਬੰਦਾ ਕਹੇ ਕਿ ਨਹੀਂ ਇਹ ਕੰਮ ਕਰ, ਤਾਂ ਮੇਰਾ ਖਿਆਲ ਹੈ ਕਿ ਇਸੇ ਕਰਕੇ ਬਹੁਤ ਜ਼ਰੂਰੀ ਹੈ, ਜੇ ਕੰਮ ਟਕਰਾ ਹੋ ਗਿਆ ਤਾਂ ਇਹ ਸਿਸਟਮ ਚਲਾਉਣਾ ਬਹੁਤ ਮੁਸ਼ਕਲ ਹੋਜੂ। ਮੈਂ ਬਿਲਕੁਲ ਸਹਿਮਤ ਹਾਂ ਜਿਹੜੇ ਕਾਲਰ ਨੇ ਸਾਡੇ ਨਾਲ ਗੱਲ ਕੀਤੀ ਹੈ ਕਿ ਜੇ ਇਸ ਤਰ੍ਹਾਂ ਅਫਸਰਾਂ ਨੂੰ ਤੁਸੀਂ ਮੌਕਾ ਦਿੱਤਾ ਤਾਂ ਫਿਰ ਅਫਸਰਸ਼ਾਹੀ ਤੁਹਾਡੇ 'ਤੇ ਹਾਵੀ ਹੋਜੂਗੀ ਅਤੇ ਫਿਰ ਤੁਹਾਡਾ ਸਿਸਟਮ ਬਿਲਕੁਲ ਹੀ ਗੜਬੜ ਹੋਜੂਗਾ। ਹਾਲੇ ਇਹ ਚਾਹੀਦਾ ਕਿ ਤੁਸੀਂ ਅਫਸਰਾਂ 'ਤੇ ਤਰਕ ਨਾਲ, ਦਲੀਲ ਨਾਲ ਗੱਲ ਕਰੋ। ਜਦੋਂ ਤੁਸੀਂ ਇਹ ਕਹਿੰਦੇ ਹੋ ਕਿ ਗੱਲ ਤਾਂ ਇਹੀ ਕਹਿਣੀ ਸੀ ਅਤੇ ਉਹ ਗੱਲ ਨੂੰ ਤੇਰੇ ਬਾਪ ਦਾ ਦਫ਼ਤਰ ਨਹੀਂ, ਮੇਰੇ ਕੋਲ ਹੋਰ ਵੀ ਤਰੀਕੇ ਨੇ, ਇਹ ਤੋਂ ਬਿਨਾਂ ਵੀ ਗੱਲ ਕਹੀ ਜਾ ਸਕਦੀ ਸੀ, ਉਹਦਾ ਤਰੀਕਾ ਇਹ ਵੀ ਹੋ ਸਕਦਾ ਸੀ, DC ਸਾਹਿਬ ਕਾਨੂੰਨ ਦੇ ਮੁਤਾਬਕ ਤੁਸੀਂ ਇਹ ਕੰਮ ਕਰੋ, ਆਵਾਜ਼ ਨੀਵੀਂ ਲੈ ਕੇ ਵੀ ਕੀਤੀ ਜਾ ਸਕਦੀ ਸੀ। ਇੱਕ ਸਰਵੇ ਕਹਿੰਦਾ ਦੁਨੀਆ ਦੇ ਵਿੱਚ ਘਰਾਂ ਦੇ ਵਿੱਚ 90% ਜਿਹੜੇ ਲੜਾਈਆਂ ਨੇ, ਜਿਹੜੇ ਤੋੜ ਵਿਛੋੜੇ ਹੁੰਦੇ ਨੇ ਪਰਿਵਾਰਾਂ ਦੇ ਵਿੱਚ, ਉਹ ਕਾਰਨ ਉਹਦਾ ਉੱਚੀ ਬੋਲਣਾ ਹੁੰਦਾ, ਗਲਤ ਬੋਲਣਾ ਹੁੰਦਾ, ਨਾ ਕਿ ਕੋਈ ਹੋਰ ਕਾਰਨ ਹੁੰਦਾ। ਇਸ਼ੂ ਭਾਵੇਂ ਛੋਟਾ ਹੋਵੇ ਲੇਕਿਨ ਜੇ ਉੱਚੀ ਆਵਾਜ਼ 'ਚ ਤੁਸੀਂ ਉਸ ਨੂੰ ਗੱਲ ਨੂੰ ਕਰੋਗੇ ਤਾਂ ਉਹ ਗੱਲ ਜਿਹੜੀ ਹੈ ਬਿਲਕੁਲ ਡਿਫਰੈਂਟ ਹੋ ਜਾਂਦੀ ਹੈ। ਜਿਹੜਾ ਜ਼ਬਾਨ ਦਾ ਜ਼ਖਮ ਹੈ ਨਾ, ਜਿਹੜੀ ਬਾਣੀ ਦੇ ਮੂੰਹ ਦੇ ਵਿੱਚੋਂ ਬਾਣ ਨਹੀਂ ਬਾਣੀ ਨਿਕਲਣੀ ਚਾਹੀਦੀ ਹੈ, ਇਹ ਜਿਹੜੇ ਬਾਣ ਨਿਕਲਦੇ ਨੇ ਇਹ ਕੰਮ ਖਰਾਬ ਕਰਦੇ ਨੇ। ਵਾਲੀ ਸਾਹਿਬ ਇੱਕ ਹੋਰ ਫੋਨ ਕਾਲ ਹੈ। ਹੈਲੋ, ਸਤਿ ਸ਼੍ਰੀ ਅਕਾਲ ਸਰ। ਵਾਲੀ ਸਾਹਿਬ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਮਨਪ੍ਰੀਤ ਸਿੰਘ ਖੁਰਬਾ ਜੀ, ਠੀਕ ਜ਼ਿਲ੍ਹਾ ਫਰੀਦਕੋਟ ਤੋਂ ਬੋਲ ਰਹੇ ਜੀ। ਹਾਂਜੀ ਹਾਂਜੀ, ਬੋਲੋ। ਮੇਰਾ ਇਹ ਸਵਾਲ ਹੈ ਜੀ ਵੀ ਕੈਪਟਨ ਸਾਹਿਬ ਨਾ ਇਕੱਲੇ ਕੁਛ ਨਹੀਂ ਕਰ ਸਕਦੇ, ਇਹ ਤਾਣੀ ਉਲਝੀ ਵੀ ਥੋੜ੍ਹੀ ਜਿਹੀ, ਹਨਾ ਜੀ। ਜੀ ਜੀ। ਤੇ ਦੂਜੀ ਸਿਮਰਜੀਤ ਸਿੰਘ ਬੈਂਸ ਦੀ ਗੱਲ ਕਰਦਾ ਜੀ, ਉਹ ਨਾ ਚੰਗੇ ਬੰਦ ਦੀ ਕੋਸ਼ਿਸ਼ ਕਰਦੇ, ਬਹੁਤ ਸਿਆਣੇ ਬੰਦੇ ਆ, ਪਰ ਇਹ ਜ਼ੁਬਾਨਦਾਰ ਅਸੀਂ ਆ। ਮੈਂ ਹੁਣ ਮੈਸੇਜ ਇਹ ਦੇਣਾ ਚਾਹੁੰਦਾ ਜੇ ਤੁਸੀਂ ਚੰਗੇ ਬਣਨਾ ਨਾ ਥੋੜ੍ਹਾ ਢੰਗ ਨਾਲ ਬੋਲੋ, ਤੁਸੀਂ ਬਹੁਤ ਸਿਆਣੇ ਬੰਦੇ ਹੋ ਪਰ ਵਧੀਆ ਕਰ ਸਕਦੇ ਹੋ, ਪਰ ਇਹ ਤਾਂ ਗਲਤ ਨਾ ਬੋਲੋ, ਫਿਰ ਉਲਟ ਐਕਸ਼ਨ ਆ ਗਿਆ ਤੇ ਫਿਰ ਤੁਸੀਂ ਕੀ ਕਰ ਲਓਗੇ। ਜੀ ਬਿਲਕੁਲ, ਤੁਹਾਡੀ ਗੱਲ ਸਹੀ, ਦੇਖੋ ਇਹਨਾਂ ਨੇ ਗੱਲ ਇੱਕ ਬਿਲਕੁਲ ਠੀਕ ਕੀਤੀ ਹੈ, ਬਹੁਤ ਵਧੀਆ ਇਸ਼ੂ ਉਠਾਉਂਦੇ ਨੇ ਬੈਂਸ ਸਾਹਿਬ। ਬੈਂਸ ਸਾਹਿਬ ਨੇ ਸਾਡਾ ਹੱਕ ਸਾਡਾ ਪਾਣੀ ਦੀ ਮੂਵਮੈਂਟ ਬਹੁਤ ਵਧੀਆ ਤਰੀਕੇ ਨਾਲ ਚਲਾਈ, ਰਾਜਸਥਾਨ ਨੂੰ ਕਚਹਿਰੀ 'ਚ ਖੜਾ ਕਰਤਾ, 16 ਲੱਖ ਕਰੋੜ ਦੀ ਮੰਗ ਕੀਤੀ ਹੈ, ਜਿਹੜੀ ਪੰਜਾਬ ਦਾ ਹਿੱਸੇ ਦਾ ਪਾਣੀ ਰਾਜਸਥਾਨ ਨੇ ਵਰਤਿਆ। ਇਹ ਸਿਮਰਜੀਤ ਸਿੰਘ ਬੈਂਸ ਦੀ ਇੱਕ ਵੱਡੀ ਅਚੀਵਮੈਂਟ ਹੈ ਕਿ ਜੇ ਲੋਕਾਂ 'ਚ ਉਹਨੇ ਐਡੇ ਵੱਡੇ ਪੱਧਰ 'ਤੇ ਪਾਣੀ ਦਾ ਮਸਲਾ ਰੱਖਿਆ। ਹੋਰ ਵੀ ਕਈ ਮਸਲੇ ਲੋਕਾਂ ਦੇ ਵਧੀਆ ਤਰੀਕੇ ਨਾਲ ਉਠਾਏ ਨੇ, ਪਰ ਬੈਨੀਪਾਲ ਦੇ ਕੁੱਟਣ ਤੋਂ ਲੈ ਕੇ ਹੁਣ ਤੱਕ ਇਹ ਜਿਹੜੀ ਗੱਲ ਹੈ, ਇਸ ਕਿਸਮ ਦਾ ਇਮੇਜ਼ ਦੇਣਾ ਕਿ ਦਹਿਸ਼ਤ ਫੈਲੇ ਕਿ ਬੈਂਸ ਆ ਗਿਆ, ਬੈਂਸ ਆ ਗਿਆ ਅਫਸਰਸ਼ਾਹੀ ਦੇ 'ਚ, ਉਹਦੀ ਲੋੜ ਨਹੀਂ। ਬਿਲਕੁਲ ਕਾਲਰ ਨੇ ਠੀਕ ਕਿਹਾ ਕਿ ਬੈਂਸ ਸਾਹਿਬ ਤੁਸੀਂ ਜੋ ਗੱਲ ਕਰ ਰਹੇ ਹੋ ਤੁਸੀਂ ਆਪਦੇ ਇਸ਼ੂ ਨੂੰ ਲਓ, ਇਸ਼ੂ ਨੂੰ ਕਾਨੂੰਨ ਦੇ ਦਾਇਰੇ 'ਚ ਰੱਖ ਕੇ ਤਰਕ ਦੇ ਆਧਾਰ 'ਤੇ ਪੇਸ਼ ਕਰੋ, ਤਾਂ ਵੀ ਤੁਹਾਡੀ ਜਿਹੜੀ ਆ ਗੱਲ ਉੰਨੀ ਜ਼ੋਰਦਾਰ ਢੰਗ ਨਾਲ ਸੁਣੀ ਜਾਊਗੀ। ਉੱਚੀ ਬੋਲਣ ਨਾਲ ਕੋਈ ਜ਼ਰੂਰੀ ਨਹੀਂ ਕਿ ਗੱਲ ਜ਼ਿਆਦਾ ਸਹੀ ਹੁੰਦੀ ਹੈ। ਵਾਲੀ ਸਾਹਿਬ ਇੱਕ ਹੋਰ ਵੀ ਇਹ ਹੈ, ਭਾਵੇਂ ਕਿ ਆਪਾਂ ਇਹ ਗੱਲ ਕਹਿ ਰਹੇ ਹਾਂ ਕਿ ਬੈਂਸ ਸਾਹਿਬ ਦਾ ਜਿਹੜਾ ਬੋਲਣ ਦਾ ਢੰਗ ਤਰੀਕਾ ਵਧੀਆ ਨਹੀਂ ਸੀਗਾ, ਪਰ ਜੇਕਰ ਬੈਂਸ ਹੁਣੇ ਸੱਤਾਧਾਰੀ ਪਾਰਟੀ ਦੇ ਵਿੱਚ ਹੁੰਦੇ ਤਾਂ ਕੀ ਇਸ ਤਰ੍ਹਾਂ ਹੀ ਅਫਸਰਸ਼ਾਹੀ ਇਸੇ ਤਰੀਕੇ ਨਾਲ ਜਾਂ ਹੋਰ ਮੁਲਾਜ਼ਮ ਜਿਹੜੇ ਹੜਤਾਲ ਕਰਦੇ? ਦੇਖੋ ਬਿਲਕੁਲ ਮੈਂ ਇਹ ਸਮਝਦਾ ਜੇ ਸੱਤਾਧਾਰੀ ਧਿਰ ਦੇ ਵਿੱਚ ਬਹੁਤ ਸਾਰੇ ਮੈਨੂੰ ਅਫਸਰਾਂ ਨੇ ਇਹ ਗੱਲ ਜਦੋਂ ਪਹਿਲੀ ਸਰਕਾਰ ਦੇ ਇੱਕ ਬੰਦੇ ਬਾਰੇ ਦੱਸੀ
ਕਿ ਜੀ ਇਹ ਗਾਲਾਂ ਕੱਢਦਾ ਜੀ ਇਹ ਕਰਦਾ ਸੱਤਾਧਾਰੀ ਬੰਦੇ ਵੀ ਬਹੁਤ ਸਾਰੇ ਮਿਸਬਿਹੇਵ ਕਰਦੇ ਨੇ ਕਰਦੇ ਸੁਣੇ ਗਏ ਨੇ ਪੁਲਿਸ ਵਾਲਿਆਂ ਨੂੰ ਵੀ ਗੱਲ ਪੈਂਦੇ ਸੁਣੇ ਗਏ ਨੇ ਇਹ ਜਿਹੜਾ ਇਸ ਕਿਸਮ ਦਾ ਵਿਵਹਾਰ ਹੈ ਕੋਈ ਕਰੇ ਅੱਜ ਅਸੀਂ ਅਸਲ ਉਹਨਾਂ ਦੇ ਹਵਾਲੇ ਨਾਲ ਹੀ ਗੱਲ ਕਰ ਰਹੇ ਹਾਂ ਅਸੀਂ ਸਾਰਿਆਂ ਲਈ ਗੱਲ ਕਰ ਰਹੇ ਹਾਂ ਕਿ ਇੱਕ ਵਿਧਾਨਕਾਰ ਹੈ ਜਿਹੜਾ ਲੋਕਾਂ ਦਾ ਚੁਣਿਆ ਹੋਇਆ ਨੁਮਾਇੰਦਾ ਇੱਕ ਜਿਹੜਾ ਲੋਕਾਂ ਦੇ ਲਈ ਕੰਮ ਕਰਨ ਲਈ UPSC ਨੇ ਚੁਣ ਕੇ ਸਾਡੇ ਦੇ ਕੋਲ ਭੇਜਿਆ ਇਹਨਾਂ ਦੋਨਾਂ ਨੇ ਰਲ ਕੇ ਲੋਕਾਂ ਦੀ ਸੇਵਾ ਕਰਨੀ ਹੈ ਜਾਂ ਆਪਦੀ ਆਪਦੀ ਡਿਊਟੀ ਨਿਭਾਉਣੀ ਹੈ ਜੇ ਉਹ ਦੋਨੇ ਆਪਸ 'ਚ ਉਲਝਣਗੇ ਕੋਈ ਵੀ ਉਲਝੇ ਜੇ ਉਹ ਵੀ ਤੁਸੀਂ ਤੁਹਾਨੂੰ ਮੈਂ ਦੱਸਾਂ ਬਹੁਤ ਸਾਰੇ ਅਫਸਰ ਖਾਸ ਤੌਰ 'ਤੇ ਪੁਲਿਸ ਅਫਸਰ ਉਹ ਤੋਂ ਬਿਨਾਂ ਨਹੀਂ ਗੱਲ ਕਹਿੰਦੇ ਉਹ ਵੀ ਗਲਤ ਨੇ ਅਤੇ ਦੂਜੇ ਪਾਸੇ ਇਹ ਵੀ ਗਲਤ ਨੇ ਤਾਂ ਇਹਨਾਂ ਦਾ ਜਿਹੜੇ MLAs ਹੁੰਦੇ ਨੇ ਨਾ ਇਹਨਾਂ ਲਈ ਇੱਕ ਪ੍ਰੋਟੋਕੋਲ ਬਣਾਇਆ ਕਿ ਅਫਸਰਾਂ ਨੇ ਕਿਵੇਂ ਡੀਲ ਕਰਨਾ ਹਰ 6 ਮਹੀਨੇ ਬਾਅਦ ਇੱਕ ਲੈਟਰ ਜਾਂਦੀ ਹੈ ਉਹ ਚਿੱਠੀ ਜਿਹੜੀ ਹੈ DC ਦਫ਼ਤਰ 'ਚ ਜਾਂਦੀ ਹੈ ਸਰਕੂਲੇਟ ਹੁੰਦੀ ਹੈ DC ਨੂੰ ਯਾਦ ਕਰਾਇਆ ਜਾਂਦਾ MLA ਜਦੋਂ ਵੀ ਕਿਸੇ ਮਰਜ਼ੀ ਪਾਰਟੀ ਦਾ ਆਵੇ ਉਹਨੂੰ ਤੁਸੀਂ ਖੜ ਕੇ ਮਿਲਣਾ ਉਹਨੂੰ ਚਾਹ ਅਤੇ ਬਿਸਕੁਟ ਪੇਸ਼ ਕਰਨੇ ਨੇ ਜਦੋਂ ਉਹ ਜਾਂਦਾ ਉਹਨੂੰ ਛੱਡ ਕੇ ਆਉਣਾ ਇਹ ਪ੍ਰੋਟੋਕੋਲ ਹੈ ਅਤੇ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਬਿਲਕੁਲ ਠੀਕ ਕਹਿ ਰਹੇ ਹੋ ਜੇ ਤਾਂ ਆ ਜਾਂਦਾ ਹੈ ਰੂਲਿੰਗ ਪਾਰਟੀ ਦਾ MLA ਤਾਂ ਫਿਰ ਭੱਜ ਕੇ ਮਿਲਦਾ ਡਿਪਟੀ ਕਮਿਸ਼ਨਰ ਅਤੇ ਜੇ ਕੋਈ ਆਪੋਜੀਸ਼ਨ ਦਾ MLA ਆ ਜਾਂਦਾ ਉਹਨੂੰ ਨਹੀਂ ਮਿਲਦਾ ਮਿਸਬਿਹੇਵ ਕਰਦੇ ਨੇ ਇਹ ਕਿਹੜਾ ਦੁੱਧ ਧੋਤੇ ਨੇ ਸਿਸਟਮ ਤਾਂ ਸਾਡੇ 'ਚ ਹੀ ਗਏ ਨੇ ਸਾਰੇ ਇੱਕੋ ਜਿਹੇ ਨਹੀਂ ਹੁੰਦੇ ਨਾ ਉੱਧਰ ਸਾਰੇ ਇੱਕੋ ਜਿਹੇ ਨੇ ਨਾ ਉੱਧਰ ਸਾਰੇ ਇੱਕੋ ਜਿਹੇ ਨੇ ਲੇਕਿਨ ਲੋਕ ਉਹਨਾਂ ਸਿਆਸਤਦਾਨਾਂ ਨੂੰ ਯਾਦ ਕਰਦੇ ਨੇ ਜਿੰਨਾ ਮਰਜ਼ੀ ਹੋਏ ਨੂੰ ਬਾਦਲ ਵੱਡੇ ਬਾਦਲ ਸਾਹਿਬ ਬਾਰੇ ਕਿਸੇ ਨੇ ਕਦੇ ਨਹੀਂ ਕਿਹਾ ਵੀ ਉਹ ਇੱਕ ਇੱਕ ਬੰਦ ਨੇ ਉਹ ਚਾਹੇ ਜਿਹੜੇ ਮਰਜ਼ੀ ਹਾਲਾਂਕਿ ਸਭ ਨੂੰ ਪਤਾ ਹੈ ਕਿ ਬਾਦਲ ਉਹ ਬੰਦਾ ਹੈ ਜਿਹੜਾ ਵੱਡੇ ਵੱਡੇ ਦਰਖਤ ਲਾ ਵੀ ਜਾਂਦਾ ਪੱਟ ਵੀ ਦਿੰਦਾ ਲੇਕਿਨ ਜ਼ਬਾਨ ਤੋਂ ਕਦੇ ਵੀ ਵੱਡੇ ਬਾਦਲ ਨੇ ਨਹੀਂ ਕਿਹਾ ਕਾਕਾ ਜੀ ਸਰਦਾਰ ਜੀ ਕਹਿ ਕੇ ਬੋਲਦੇ ਨੇ ਕੰਮ ਜਿਹੜਾ ਮਰਜ਼ੀ ਕਰ ਲੈਣ ਵਾਲੀ ਸਾਹਿਬ ਇੱਕ ਹੋਰ ਆਪਣੇ ਕੋਲ ਫੋਨ ਕਾਲ ਹੈ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਮੈਂ ਸੁਖਵਿੰਦਰ ਸਿੰਘ ਕਪੂਰਥਲੇ ਤੋਂ ਬੋਲ ਰਿਹਾ ਸਟੇਟ ਵਾਰਡ ਅਧਿਆਪਕ ਹਾਂਜੀ ਹਾਂਜੀ ਬੋਲੋ ਜੀ ਮੈਂ ਕਿਹਾ ਵੀ ਬੈਂਸ ਸਾਹਿਬ ਨੇ ਠੀਕ ਹੈ ਗਲਤ ਸ਼ਬਦਾਵਲੀ ਵਰਤੀ ਹੈ ਪਰ ਇਹ ਵੀ ਸਰਕਾਰ ਦਾ ਵੀ ਇਹ ਕੋਈ ਬਣਦੀ ਨੀ ਗੱਲ ਵੀ ਇੰਨੀਆਂ ਧਰਾਵਾਂ ਲਾ ਕੇ ਇੱਕ ਚੁਣੇ ਹੋਏ ਨੁਮਾਇੰਦੇ ਨੂੰ ਜਿਹੜਾ ਗਲਤ ਕੀਤਾ ਜਾਵੇ ਸਕੂਲ ਬੰਦ ਕਰ ਦਿੱਤੇ ਜਾਣ ਸਾਰੇ ਪੰਜਾਬ ਦੇ ਆਫਿਸ ਬੰਦ ਕਰ ਦਿੱਤੇ ਜਾਣ ਜਦੋਂ ਘਬਾਏ ਨੇ ਥਾਣੇਦਾਰ ਨੂੰ ਜੀ ਇੰਨੀ ਬੇਨਤੀ ਕੀਤੀ ਸੀ ਉਦੋਂ ਤਾਂ ਕੋਈ ਕੇਸ ਦਰਜ ਨੀ ਹੋਇਆ ਘਬਾਏ ਤੇ ਦੇਖੋ ਨਹੀਂ ਇਹਨਾਂ ਦੀ ਗੱਲ ਮੈਂ ਫਿਰ ਵਾਰ ਵਾਰ ਉਹੀ ਇਹੀ ਅਸੀਂ ਕਹਿਣਾ ਚਾਹੁੰਦੇ ਹਾਂ ਜਿਹੜੇ ਸਾਡੇ ਇੱਕ ਸਟੇਟ ਵਾਰਡੀ ਨੇ ਟੀਚਰ ਨੇ ਇਹਨਾਂ ਦੀ ਗੱਲ ਦਾ ਵਜ਼ਨ ਹੋਣਾ ਚਾਹੀਦਾ ਅਤੇ ਹੈ ਵੀ ਲੇਕਿਨ ਉਹਨੇ ਵੀ ਜਿਹੜਾ ਉਸਨੂੰ ਕਿਹਾ SHO ਜਿਹੜੀ ਲੇਡੀ SHO ਸੀ ਉਸਨੂੰ ਘਬਾਏ ਦੀ ਆਵਾਜ਼ ਜਿਸ ਸੁਣੀ ਹੋਵੇ ਤੁਸੀਂ ਹਾਂਜੀ ਹਾਂ ਅਤੇ ਉਹ ਵੀ ਜਿਹੜੀ ਹੈ ਉਹ ਦੋ ਕਾਰਨਾਂ ਕਰਕੇ ਗਲਤ ਸੀ ਇੱਕ ਤਾਂ ਵੈਸੇ ਹੀ ਔਰਤ ਦਾ ਸਤਿਕਾਰ ਕਰਨਾ ਚਾਹੀਦਾ ਸੀ ਅਤੇ ਦੂਜਾ ਜਿਸ ਤਰ੍ਹਾਂ ਇੱਕ ਵਰਦੀ ਦਾ ਉਸਨੇ ਅਪਮਾਨ ਕਰਨ ਦੀ ਕੋਸ਼ਿਸ਼ ਕੀਤੀ ਉਸਦਾ ਵੀ ਵਿਰੋਧ ਅਸੀਂ ਇਸੇ ਪ੍ਰੋਗਰਾਮ 'ਚ ਕੀਤਾ ਸੀ ਲੇਕਿਨ ਜਿਹੜੇ ਕਹਿੰਦੇ ਨੇ ਕੇਸ ਨਹੀਂ ਦਰਜ ਹੋਇਆ ਮੈਨੂੰ ਇਹ ਲੱਗਦਾ ਕੇਸ ਦਰਜ ਹੋਣ ਦਾ ਕਾਰਨ ਇਹ ਗੱਲ ਵੀ ਹੋ ਸਕਦੀ ਹੈ ਕਿ ਉਹ ਕਾਂਗਰਸੀ MLA ਹੈ ਹੋ ਸਕਦੀ ਹੈ ਅਸੀਂ ਮੁਨਕਰ ਨਹੀਂ ਪਰ ਦੂਜਾ ਵੀ ਕਾਰਨ ਮੈਨੂੰ ਲੱਗਦਾ ਦਰਸ਼ਕ ਜੀ ਇਹ ਵੀ ਹੈ ਕਿ ਇੱਥੇ ਪਟਵਾਰੀ ਇੱਥੇ ਹੋਰ ਜਿਹੜੇ ਕਰਮਚਾਰੀ ਖੜ੍ਹੇ ਹੋ ਗਏ ਅਤੇ ਜਦੋਂ ਹੋਰ ਕਰਮਚਾਰੀ ਖੜ੍ਹੇ ਉਹਦਾ ਵਿਰੋਧ ਹੈ ਔਰ ਉਸ ਕਰਕੇ ਮੈਨੂੰ ਇਹ ਡਰ ਹੈ ਕਿ ਇਹ ਲੜਾਈ ਵੱਧ ਨਾ ਜਾਵੇ ਦੇਖੋ ਕੱਲ੍ਹ ਇਹ ਹੋਇਆ ਅਤੇ ਨਾਲ ਦੀ ਨਾਲ ਕਿਸਾਨਾਂ ਨੇ ਵਿਰੋਧ ਕਰਤਾ SDM ਦਾ ਕੱਲ੍ਹ ਨੂੰ ਹੋਰ ਥਾਂ 'ਤੇ ਫਿਰ ਲੋਕ ਬਦਲੇ ਵੀ ਲੈਣੇ ਸ਼ੁਰੂ ਕਰ ਦੇਣਗੇ ਇੱਕ ਦੂਜੇ ਦੇ ਖਿਲਾਫ਼ ਅਤੇ ਇਹ ਮੈਨੂੰ ਲੱਗਦਾ ਕਿ ਇਹ ਤੋਂ ਬਚਣ ਦੀ ਲੋੜ ਹੈ ਅਤੇ ਸਖ਼ਤ ਕਦਮ ਉਠਾਉਣ ਦੀ ਲੋੜ ਹੈ ਇਹਦੇ 'ਚ ਹੁਣ ਜਿਸ ਤਰੀਕੇ ਨਾਲ ਇਹ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਮਤਲਬ ਉਹਨਾਂ ਨੇ ਕਰਵਾਇਆ ਹੈ ਅਤੇ ਇਹ ਕੈਪਟਨ ਸਾਹਿਬ ਦੀ ਹੀ ਜ਼ਿੰਮੇਵਾਰੀ ਬਣਦੀ ਹੈ ਕਿ ਹੁਣ ਇਹ ਮਸਲੇ ਦਾ ਹੱਲ ਕਿਸ ਤਰੀਕੇ ਨਾਲ ਕਰਦੇ ਹੈ ਜੇਕਰ ਇਹ ਸਿਆਸੀ ਬਦਲਾਖੋਰੀ ਦੇ ਉੱਤੇ ਹੀ ਗੱਲ ਆਉਂਦੀ ਹੈ ਤਾਂ ਜਿਸ ਤਰੀਕੇ ਨਾਲ ਆਪਣੇ ਕਈ ਮਤਲਬ ਦਰਸ਼ਕ ਕਹਿ ਵੀ ਰਹੇ ਨੇ ਅਤੇ ਇਹ ਮਤਲਬ ਉਸ ਉਚਿਤ ਕਾਰਵਾਈ ਕਰਨੀ ਚਾਹੀਦੀ ਹੈ ਕਿਉਂਕਿ ਸਿਆਸੀ ਬਦਲ ਦੇਖੋ ਗੱਲ ਇਹ ਹੈ ਲੁਧਿਆਣੇ ਦਾ MLA ਹੈ ਸਿਟੀ ਸੈਂਟਰ ਘੁਟਾਲਾ ਹੈ ਉਹ ਕਹਿੰਦਾ ਵੀ ਮੈਂ ਉਠਾ ਰਿਹਾ ਸੀ ਅਤੇ ਕੈਪਟਨ ਸਾਹਿਬ ਜਿਹੜੇ ਨੇ ਉਹ ਮੇਰੇ ਕੋਲ ਸਿਆਸੀ ਬਦਲਾਖੋਰੀ ਦੀ ਗੱਲ ਕਰ ਰਹੇ ਨੇ ਹੁਣ ਗਲਤ ਇਹ ਹੈ ਕਿ ਉਹ ਬਿਲਕੁਲ ਇਕੱਲਾ ਇਕੱਲਾ ਦੋ ਭਰਾ ਨੇ ਉਹ ਅਤੇ ਕਿਸੇ ਪੋਲੀਟੀਕਲ ਉਹਨਾਂ ਨੂੰ ਸਪੋਰਟ ਨਹੀਂ ਹੈ ਅਤੇ ਜੇ ਇਹ ਸਿਆਸੀ ਬਦਲਾਖੋਰੀ ਹੈ ਤਾਂ ਉਹ ਸਾਰੇ ਕਿਤੇ ਵੀ ਚੱਲਦੀ ਹੈ ਮੈਂ ਇਹ ਕਹਿੰਦਾ ਕਿ ਸਾਡਾ ਸਿਸਟਮ ਇਹ ਜਿਹਾ ਲੇਕਿਨ ਉਹਦੇ 'ਚ ਪੰਜਾਬ ਨੂੰ ਨੁਕਸਾਨ ਹੋਊਗਾ ਲੇਕਿਨ ਕੈਪਟਨ ਸਾਹਿਬ ਨੇ ਜਿਹੜੀ ਗੱਲ ਕੀਤੀ ਹੈ ਉਹਦੇ 'ਚ ਇਹ ਗੱਲ ਵੀ ਮੰਨਣ ਵਾਲੀ ਹੈ ਕਿ ਇੱਕ CM ਨੇ ਜਿਹੜਾ ਬੈਲੈਂਸ ਰੱਖਣਾ ਅਫਸਰ ਸ਼ਾਹੀ ਅਤੇ ਵਿਧਾਨਕ ਸ਼ਾਹੀ 'ਚ ਉਹ ਵੀ ਜ਼ਰੂਰੀ ਹੈ
ਇਹੀ ਡਰ ਹੈ ਕਿ ਇਹਦੇ 'ਚ ਬਦਲਾਖੋਰੀ ਨਾ ਵੱਧ ਜੇ, ਇਹਦੇ 'ਚ ਦੂਜੇ ਪਾਸੇ ਅਫਸਰਜ਼ਾਰੀ ਜ਼ਿਆਦਾ ਤਕੜੀ ਨਾ ਹੋ ਜੇ, ਆਪਦੇ ਆਪਦੇ ਜਿਹੜੇ ਦਾਇਰੇ 'ਚੋਂ ਬਾਹਰ ਨਿਕਲ ਕੇ ਇੱਕ ਦੂਜੇ 'ਤੇ ਅਟੈਕ ਕਰਨ ਲੱਗ ਜਾਣ। ਇਹੀ ਤਾਂ ਅਸੀਂ ਕਹਿ ਰਹੇ ਹਾਂ ਕਿ ਇਸ ਤਰ੍ਹਾਂ ਦੇ ਇੰਸੀਡੈਂਟ ਨੁਕਸਾਨ ਪਹੁੰਚਾਉਂਦੇ ਨੇ ਸਿਸਟਮ। ਇਹ ਜੇਕਰ ਇਸੇ ਤਰੀਕੇ ਨਾਲ ਇਹ ਟਕਰਾਅ ਚੱਲੂਗਾ ਤਾਂ ਇਹਦੇ ਨਾਲ ਸਾਡੇ ਸਟੇਟ ਦਾ ਹੀ ਨੁਕਸਾਨ ਹੈ ਤੇ ਉਹਦੇ ਵਿੱਚ ਕਈ ਹੋਰ ਜਿਹੜੇ ਲੋਕ ਹਿੱਤਾਂ ਦੇ ਜਿਹੜੇ ਮੁੱਦੇ ਨੇ ਉਹ ਵੀ ਮਤਲਬ ਪ੍ਰਭਾਵਿਤ ਹੁੰਦੇ ਨੇ। ਸਰਕਾਰ ਕਈ ਨਾਕਾਮੀਆਂ ਪਹਿਲੀ ਸਰਕਾਰ ਲੋਕ ਬੱਚੇ ਤਾਂ ਦਰਸ਼ਕ ਜੀ ਉਦੋਂ ਹੀ ਪ੍ਰਭਾਵਿਤ ਹੋਣੇ ਸ਼ੁਰੂ ਹੋ ਗਏ ਨਾ ਜਦੋਂ ਕਹਿੰਦੇ ਵੀ ਅਸੀਂ ਨੀ ਕੰਮ ਕਰਦੇ, ਹਾਂਜੀ ਤੁਸੀਂ ਕੇਸ ਦਰਜ ਕਰੋ ਤੇ ਜਿਹੜੇ ਜਿਹੜੇ ਬੰਦਿਆਂ ਦੇ ਕਿਸੇ ਨੇ ਕੋਈ ਸਰਟੀਫਿਕੇਟ ਲੈਣਾ, ਕਿਸੇ ਨੇ ਜਾਣਾ ਕੋਈ ਸੇਵਾ ਕੇਂਦਰ 'ਚ ਕੰਮ ਲੈਣ ਗਏ ਨੇ, ਉਹ ਚੁੱਪ ਕਰਕੇ ਬੈਠੇ ਨੇ ਅਸੀਂ ਕੰਮ ਕਰਦੇ, ਕੀ ਕਰ ਲਓਗੇ ਤੁਸੀਂ? ਬਿਲਕੁਲ। ਤਾਂ ਇਹ ਜਿਹੜਾ ਇਸ ਤਰ੍ਹਾਂ ਹੀ ਤਾਂ ਜਿਹੜੇ ਹਾਲਾਤ ਖਰਾਬ ਹੁੰਦੇ ਨੇ ਨਾ, ਇਹਨੂੰ ਸਮਝਣ ਦਾ ਇੱਕੋ ਇੱਕ ਤਰੀਕਾ ਹੈ, ਹਰ ਬੰਦੇ ਦੀ ਇੱਕ ਸੀਮਾ ਹੁੰਦੀ ਹੈ, ਆਪਣੀ ਸੀਮਾ ਨਾ ਲੰਘਿਆ ਜਾਵੇ ਤਾਂ ਗੱਲ ਠੀਕ ਬਣੂਗੀ। ਵਾਲੀ ਸਾਹਿਬ ਤੁਸੀਂ ਬਹੁਤ ਸਾਰੀਆਂ ਵਧੀਆ ਗੱਲਾਂ ਦੱਸੀਆਂ ਗਈਆਂ ਨੇ। ਅਸਲ ਦੇ ਵਿੱਚ ਇਹ ਹੈ ਕਿ ਦੋਨਾਂ ਹੀ ਧਿਰਾਂ ਨੂੰ ਜ਼ਾਬਤੇ ਵਿੱਚ ਰਹਿ ਕੇ ਕੰਮ ਕਰਨਾ ਚਾਹੀਦਾ ਹੈ, ਚਾਹੇ ਉਹ ਵਿਧਾਇਕ ਹੋਣ, ਚਾਹੇ ਸੱਤਾਧਾਰੀ ਹੋਣ, ਚਾਹੇ ਸੱਤਾ ਵਿੱਚ ਤੋਂ ਬਾਹਰ ਹੋਣ। ਜੇਕਰ ਉਹ ਜ਼ਾਬਤੇ ਵਿੱਚ ਰਹਿ ਕੇ ਕੰਮ ਗੱਲ ਨਹੀਂ ਕਹਿਣਗੇ ਤਾਂ ਅਫਸਰਸ਼ਾਹੀ ਨਾਰਾਜ਼ ਹੋਊਗੀ। ਜੇ ਅਫਸਰਸ਼ਾਹੀ ਨੂੰ ਵੀ ਇਹ ਆਪਣੇ ਆਪ ਦੇਖਣਾ ਚਾਹੀਦਾ ਹੈ ਕਿ ਉਹੀ ਸਭ ਕੁਝ ਨਹੀਂ ਹੈਗੇ, ਉਹ ਲੋਕਾਂ ਦੇ ਨੁਮਾਇੰਦਿਆਂ ਦਾ ਵੀ ਸਤਿਕਾਰ ਕਰਨ। ਇਸ ਤਰ੍ਹਾਂ ਹੀ ਟਕਰਾਅ ਇਹ ਰੁਕੂਗਾ, ਨਹੀਂ ਤਾਂ ਇਹ ਹੋਰ ਜ਼ਿਆਦਾ ਵੱਧ ਜਾਊਗਾ। ਆਪ ਵਾਲੀ ਸਾਹਿਬ, ਆਪ ਜੀ ਦਾ ਬਹੁਤ ਧੰਨਵਾਦ, ਸਾਡੇ ਦਰਸ਼ਕਾਂ ਦਾ ਵੀ ਬਹੁਤ ਧੰਨਵਾਦ।